ਅਸਲਾਮ ਵਾਲੇਕੁਮ, ਸ਼ਹਿਜ਼ਾਦ ਡੋਗਰ, ਡੋਗਰ ਮੋਟਰ ਨਨਕਾਣਾ ਤੋਂ। ਅੱਜ ਮਾਸ਼ਾਅੱਲਾ ਸਾਡਾ ਚੌਥਾ ਵਲੋਗ ਹੈ ਔਰ ਉਮੀਦ ਕਰਨੇ ਆ ਕਿ ਅੱਗੇ ਜਿਹੜੇ ਵਲੋਗ ਸਾਡੇ ਤਿੰਨ ਆਏ ਨੇ ਉਹ ਮਾਸ਼ਾਅੱਲਾ ਬੜੇ ਲੋਕਾਂ ਨੇ ਮੈਨੂੰ ਫੋਨ ਵੀ ਕੀਤੇ, ਉਹਨਾਂ ਕਿਹਾ ਡੋਗਰ ਸਾਹਿਬ ਮਜ਼ਾ ਆਇਆ ਤੁਹਾਡੇ ਵਲੋਗ ਦਾ। ਔਰ ਸਾਡਾ ਵਲੋਗ ਜਿਹੜਾ ਉਹ ਦੁਨੀਆ ਨਾਲੋਂ ਮੁਖਤਲਿਫ ਹੈ ਕਿਉਂਕਿ ਸਾਡਾ ਕੰਮ ਕਰਨ ਦਾ ਸਟਾਈਲ ਵੀ ਲੋਕਾਂ ਨਾਲੋਂ ਮੁਖਤਲਿਫ ਹੈ ਔਰ ਸਾਡੀ ਹਰ ਸਟਾਈਲ ਹੀ ਲੋਕਾਂ ਨੂੰ ਮੁਖਤਲਿਫ ਹੁੰਦਾ। ਇੱਕ ਤਾਂ ਅਸੀਂ ਲੋਕਾਂ ਤਰ੍ਹਾਂ ਐਡਿਟ ਕਰਕੇ ਤਸਵੀਰਾਂ ਨਹੀਂ ਲਾਉਂਦੇ, ਇੱਕ ਲੋਕਾਂ ਤਰ੍ਹਾਂ ਐਡਿਟ ਕਰਕੇ ਵਲੋਗ ਨਹੀਂ ਲਾਉਂਦੇ। ਸਾਦੇ ਜਿਹੇ ਬੰਦੇ ਹਾਂ, ਸਾਦਾ ਜਿਹਾ ਵਲੋਗ ਹੈ ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀ ਪਸੰਦ ਆਏਗਾ ਸਾਡਾ। ਔਰ ਜਿਤਨੇ ਮੇਰੇ ਫੈਨ ਫਾਲੋਅਰ, ਮੇਰੇ ਚਾਹਣ ਵਾਲੇ, ਮੇਰੇ ਮਨ ਨਾਲ ਮੁਹੱਬਤ ਕਰਨ ਵਾਲੇ ਦੋਸਤ ਹੈ ਨੇ, ਸਾਰਿਆਂ ਨੂੰ ਰਿਕੁਐਸਟ ਹੈ ਕਿ ਮੇਰਾ ਚੈਨਲ ਹੈ ਯੂਟਿਊਬ 'ਤੇ, ਇਹਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਦੋਸਤਾਂ ਤੱਕ ਤਾਂ ਕਿ ਇਹ ਚੈਨਲ ਉੱਤੇ ਜਾਏ ਔਰ ਇਹਦੇ ਤੋਂ ਅਰਨਿੰਗ ਆਏ। ਔਰ ਇਹ ਅਰਨਿੰਗ ਇਹ ਅੱਲਾਹ ਦੀ ਰਾਹ 'ਤੇ ਲੱਗਦੀ ਹੈ ਜਿੰਨੀ ਵੀ। ਔਰ ਤੁਸੀਂ ਸਾਰੇ ਮੇਰੇ ਭਾਈ ਹੋ, ਮੈਂ ਮੁਹੱਬਤ ਕਰਨਾ ਤੁਹਾਡੇ ਨਾਲ, ਤੁਸੀਂ ਮੇਰੇ ਨਾਲ ਮੁਹੱਬਤ ਕਰਦੇ ਹੋ, ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ। ਮੈਨੂੰ ਜ਼ਿੰਦਗੀ ਦੇ ਵਿੱਚ ਕਦੀ ਸੋਚਿਆ ਨਹੀਂ ਸੀ ਜਿਸ ਮੁਕਾਮ 'ਤੇ ਤੁਸੀਂ ਪਹੁੰਚਾ ਦਿੱਤਾ। ਔਰ ਜਿੰਦੇ ਵਸਦੇ ਰਹੋ, ਖੁਸ਼ ਰਹੋ ਅਤੇ ਆਬਾਦ ਰਹੋ। ਤੁਹਾਡੀ ਖੁਸ਼ੀ ਨਾਲ ਸਾਡੀ ਖੁਸ਼ੀ ਹੈ, ਸਾਡੀ ਖੁਸ਼ੀ ਨਾਲ ਤੁਹਾਡੀ ਖੁਸ਼ੀ ਹੈ। ਔਰ ਇਹ ਸ਼ੋਰੂਮ, ਇਹ ਨਿਜ਼ਾਮ, ਇਹ ਭਰਾ, ਇਹ ਤੁਹਾਡਾ ਆਪਣਾ ਔਰ ਤੁਹਾਡਾ ਖਾਦਮ ਹੈ। ਇਨਸ਼ਾਅੱਲਾ ਜਿੰਨੀ ਦੇਰ ਜ਼ਿੰਦਗੀ ਹੈ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰਦੇ ਰਹਾਂਗੇ। ਔਰ ਅੱਜ ਇਤਵਾਰ ਦਾ ਦਿਨ ਹੈ ਔਰ ਅੱਜ ਬਹੁਤ ਬੜਾ ਕਾਰ ਮੇਲਾ ਵੀ ਲਾ ਰਹੇ ਹਾਂ ਅਸੀਂ। ਅੱਜ ਤੁਹਾਨੂੰ ਇਨਸ਼ਾਅੱਲਾ ਵਲੋਗ ਦੇ ਵਿੱਚ ਕਾਰ ਮੇਲਾ ਵੀ ਇੰਜੋਏ ਕਰਵਾਉਂਗੇ। ਉਸ ਤੋਂ ਬਾਅਦ ਸ਼ਾਮ ਨੂੰ 6 ਵਜੇ ਅਸੀਂ ਡੇਲੀ ਲਾਈਵ ਆਈਦਾ, ਲਾਈਵ ਆਪਣਾ ਦਿਖਾਈਦਾ ਸਾਰਾ ਨਿਜ਼ਾਮ। ਔਰ ਅਗਰ ਕੋਈ ਦੋਸਤ ਲਾਈਵ ਵੀ ਦੇਖਣਾ ਚਾਹੁੰਦੇ ਤਾਂ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਸਾਨੂੰ ਸ਼ਾਮ 6 ਵਜੇ ਡੇਲੀ। ਜਿਹਦੇ ਵਾਸਤੇ ਰਹੋ, ਖੁਸ਼ ਰਹੋ ਅਤੇ ਆਬਾਦ ਰਹੋ ਅਤੇ ਇਨਸ਼ਾਅੱਲਾ ਅੱਜ ਦਾ ਸਾਰਾ ਜਿਹੜਾ ਨਾ ਤੁਹਾਨੂੰ ਹੁਣ ਦਿਖਾਉਂਦੇ ਹਾਂ ਵਲੋਗ। ਔਰ ਇੰਝ ਹੀ ਜਿਹੜਾ ਮੇਰਾ ਆਪਣਾ ਟਿਕਟੋਕ 'ਤੇ ਆਈ ਡੀ ਹੈ ਡੋਗਰ ਮੋਟਰ ਨਨਕਾਣਾ ਵਾਲੇ ਦੇ ਨਾਂ ਤੋਂ, ਉਹਨੂੰ ਵੀ ਲਾਈਵ ਨਾਲ ਹੋ ਗਏ ਹਾਂ ਤਿਆਰ। ਔਰ ਹੁਣ ਜਾ ਰਹੇ ਹਾਂ ਸ਼ੋਰੂਮ 'ਤੇ। ਅੱਜ ਇਤਵਾਰ ਹੈ ਔਰ ਅੱਜ ਬਾਜ਼ਾਰ ਵੀ ਸਾਡਾ ਮਾਸ਼ਾਅੱਲਾ ਔਰ ਅੱਜ ਬਹੁਤ ਬੜਾ ਬਾਜ਼ਾਰ ਲੱਗ ਰਿਹਾ ਕਿਉਂਕਿ ਪਰਸੋਂ ਤੁਹਾਨੂੰ ਪਤਾ ਹੈ ਕਿ 10 ਮਰਨ ਦੀ ਛੁੱਟੀ ਹੈ ਔਰ ਆਖਰੀ ਸਾਡਾ ਇਤਵਾਰ ਬਾਜ਼ਾਰ ਹੈ, ਫਿਰ ਇਨਸ਼ਾਅੱਲਾ ਜੁੰਮੇ ਨੂੰ ਬਾਜ਼ਾਰ ਲੱਗੇਗਾ। ਔਰ ਅੱਜ ਤੁਹਾਨੂੰ ਸਾਰੀ ਅਪਡੇਟ ਦਿੰਦੇ ਹਾਂ ਸਰ ਨਾਲ ਰਿਹਾ। ਇਹਨੂੰ ਵੀ ਚਲਾਓ ਨਾ, ਸਪੀਕਰ ਨੂੰ ਜਾਗਾਂ ਨੂੰ ਚਲਾ ਲਿਓ, ਮਾਰਨਾ ਜੀ ਬੰਦਿਆਂ ਨੂੰ। ਅੱਜ ਤਾਂ ਮਾਸ਼ਾਅੱਲਾ ਟਾਈਮ ਨਾਲ ਇੰਨਾ ਰਸ਼ ਹੋ ਗਿਆ, ਰਾਤ ਨੂੰ ਕੀ ਬਣੇਗਾ ਸ਼ਾਮ ਨੂੰ? ਇਹ ਤਾਂ 5 ਵਜੇ ਲੋਕੀ ਆਉਂਦੇ ਨੇ ਅੱਜ ਅੱਜ ਅਸਲ ਅੱਗੋਂ ਹੀ ਮਰਮ ਦੀ ਛੁੱਟੀ, ਲੋਕਾਂ ਕਿਹਾ ਅੱਗੋਂ ਬਹੁਤ ਬਾਜ਼ਾਰ ਤੋਂ ਲੱਗਣਾ ਕੋਈ ਕਿ ਅੱਜ ਹੀ ਲੈ ਜਾਈਏ ਗੱਡੀ ਜਾ ਕੇ। ਵਾਲੇਕੁਮ ਸਲਾਮ ਭਾਈ ਜਾਨ, ਬਣਾਓ ਤੇ ਚੈਨਲ ਤੇ ਅਪਲੋਡ ਕਰ ਦਿਓ। ਹਾਂਜੀ, ਹੋਰ ਸਿਹਤ ਠੀਕ ਹੈ ਜੀ ਤੁਹਾਡੀ? ਮਿਹਰਬਾਨੀ ਜੀ ਸੀ ਸਾਹਿਬ।
ਕਿਹੜਾ ਮੇਰਾ ਫਾਲੋਅਰ ਹੈ ਤੇ ਕਿਹੜਾ ਨਹੀਂ ਮੇਰਾ ਫਾਲੋਅਰ। ਇਹ ਵੇਖੋ ਇੰਨਾ ਗੈਸ ਕੋ ਬੰਦਾ ਕਰ ਸਕਦਾ, ਉਹ ਕਰਦਾ ਬੰਦਾ ਗੈਸ। ਦੇਖ ਲਓ ਭਾਈ ਹਰੀ ਮੇਰੇ ਫਾਲੋਅਰ ਨਹੀਂ ਹੈਗੇ, ਮੈਂ ਤਾਂ ਦੱਸਦਾ ਵੀ ਮੇਰਾ ਫਾਲੋਅਰ ਨਹੀਂ ਹੈਗੇ, ਮੈਂ ਸ਼ਕਲੂ ਵੇਖ ਕੇ ਬੰਦੇ ਨੂੰ ਦੱਸ ਦਿੰਦਾ ਵੀ ਬੰਦਾ ਮੇਰਾ ਫਾਲੋਅਰ ਹੈ ਕਿ ਨਹੀਂ। ਔਰ ਉਹਨੇ ਨੰਬਰ ਲਾ ਕੇ ਦਿੱਤਾ, ਮੈਂ ਹੈਲੋ ਕੀਤਾ, ਤੂੰ ਨੰਬਰ ਕਿਤੇ ਹੋਰ ਦਾ ਮਿਲ ਗਿਆ ਬੰਦਾ, ਤੂੰ ਸਾਹੀਵਾਲ, ਮੈਂ ਕਿਹਾ ਯਾਰ ਤੂੰ ਨੰਬਰ ਸਾਹੀਵਾਲ ਦਾ ਮਿਲਾ ਦਿੱਤਾ, ਬੋਲੀ ਸਾਹੀਵਾਲ ਦੀ, ਸਾਹੀਵਾਲ ਦੀ। ਉਹ ਬੰਦਾ ਵਿੱਚ ਬੋਲਿਆ ਨਾ ਭਾਈ ਜਾਨ, ਤੁਹਾਨੂੰ ਕੀ ਪਤਾ ਲੱਗਿਆ ਮੈਂ ਸਾਹੀਵਾਲ ਨੂੰ ਬੋਲਣਾ ਪਿਆ। ਮੈਂ ਹਰ ਸ਼ਹਿਰ ਦੇ ਤਾਂ ਬੰਦੇ ਨੂੰ ਅਸੀਂ ਡੀਲ ਕਰਨੇ ਆ, ਕਹਿੰਦਾ ਕਿ ਕੌਣ ਸਾਹਿਬ ਬੋਲ ਰਹੇ, ਮੈਂ ਕਿਹਾ ਸਲਾਬ ਡੋਗਰ ਬੋਲ ਰਿਹਾ, ਮੈਂ ਕਿਹਾ ਡੋਗਰ ਮੋਟਰ ਵਾਲੇ, ਮੈਂ ਕਿਹਾ ਜਾਂ ਤਾਂ ਡੋਗਰ ਦਾ ਮੇਰਾ ਤੁਹਾਡਾ ਬੜਾ ਵੱਡਾ ਫੈਨ ਆ, ਮੈਂ ਕਿਹਾ ਚਲੋ ਇਸ ਤੋਂ ਬਾਅਦ ਤੁਹਾਡੀ ਗੱਲ ਹੋ ਗਈ। ਹਾਂਜੀ ਭਾਈ ਜਾਨ ਆ ਜਾਓ ਅੰਦਰ, ਆਓ ਸਾਰਾ ਅੰਦਰ ਆਓ, ਅੰਦਰ ਆਓ, ਠੀਕ ਹੈ ਥੋੜਾ ਅੰਦਰ ਆ ਜਾਓ। ਆ ਸਰ ਆ ਜਾਓ, ਇੰਨਾ ਰਸ਼ ਟਾਈਮ ਨਾ ਹੋ ਗਿਆ ਕਿ ਬਾਅਦ 'ਚ ਕੀ ਬਣੇਗਾ। ਤਿੰਨ ਵਜੇ ਵਾਂ ਪਹੁੰਚ ਗਈ, ਵੈਸੇ ਵਾਂ 5 ਵਜੇ ਆਉਣਾ ਸ਼ੁਰੂ ਹੁੰਦੀ ਹੈ, ਅੱਜ ਮਾਸ਼ਾਅੱਲਾ 3 ਵਜੇ ਵਾਂ ਪਹੁੰਚਦੀ ਹੈ। ਸਾਨੂੰ ਪਿਆਰ ਦੇ ਨਸ਼ਿਆਂ ਦੇ ਲਾ ਕੇ ਜਾਣ ਵੀ ਨਹੀਂ ਬਣਦਾ, ਸਾਨੂੰ ਪੱਕੇ ਘਵਾ ਕੇ ਤੇ ਹੁਣ ਜਨਾਬ ਅਸੀਂ ਲੱਗ ਗਏ ਨਸ਼ੇ ਤੇ, ਹੁਣ ਅਸੀਂ ਹੁਣ ਸਾਨੂੰ ਕੋਈ ਤੇ ਨਹੀਂ। ਲਓ ਜੀ ਮੈਂ ਇਹ ਸਾਡੇ ਬੜੇ ਪਿਆਰੇ ਭਾਈ ਨੇ, ਇਹਨਾਂ ਦੀ ਟਰੈਵਲ ਏਜੰਸੀ ਹੈ, ਔਰ ਇਹਨਾਂ ਨੇ ਮੈਨੂੰ ਕਿਹਾ ਧੱਕੇ ਦੇ ਨਾਲ, ਮੇਰਾ ਕੋਈ ਜ਼ੇਨ ਨਹੀਂ ਸੀ। ਕਹਿੰਦੇ ਨਾ ਕਿ ਜਦੋਂ ਬੁਲਾਵਾ ਹੁੰਦਾ ਨਾ ਉਦੋਂ ਹੀ ਬੰਦੇ ਨੇ ਜਾਣਾ ਹੁੰਦਾ, ਇਹ ਬਹਾਨਾ ਬਣਨਾ ਹੁੰਦਾ। ਬਹਾਨਾ ਇਹ ਬਣਿਆ ਕਿ ਰਾਮੇ ਸਾਹਿਬ ਨੇ ਮੈਨੂੰ ਨਾ ਧੱਕੇ ਨਾ ਕਿਹਾ ਡੋਗਰ ਸਾਹਿਬ ਇੱਕ ਵਾਰੀ ਜਾਓ, ਮੈਂ ਕਿਹਾ ਜੀ ਹਜੇ ਨਾ, ਕਹਿੰਦਾ ਕਿਹਾ ਯਾਰ ਬਸ ਤੁਸੀਂ ਜਾਣਾ, ਧੱਕੇ ਨਾਲ ਮੇਰਾ ਵੀਜ਼ਾ ਲਵਾ ਦਿੱਤਾ, ਮੇਰਾ ਪਾਸਪੋਰਟ ਵੀ ਬਣ ਗਿਆ, ਪਾਸਪੋਰਟ ਇਹਨਾਂ ਕਿਹਾ ਬਣਵਾ ਕੇ ਸੈਂਡ ਕਰੋ ਬਸ। ਲਓ ਜੀ ਵੀਜ਼ਾ ਲਵਾ ਦਿੱਤਾ, ਟਿਕਟ ਕਰਾ ਕੇ ਇਹਨਾਂ ਕਿਹਾ ਜੀ ਸਵੇਰੇ ਬੁਲਾਣੇ ਦਿਨ ਤੁਹਾਡੀ ਤਾਂ ਫਲਾਈਟ ਹੈ, ਤੁਸੀਂ ਉਮਰੇ ਤੋਂ ਜਾਣਾ। ਬੜੀ ਗੱਲ ਹੈ, ਗੱਲ ਕਰਨਾ ਮਤਲਬ ਉਹ ਐਸਾ ਗਿਆ ਅਤੇ ਹੁਣ ਮੈਂ ਇਹਨਾਂ ਨੂੰ ਵੀ ਪੁੱਛਦਾ, ਹੁਣ ਇਹਨਾਂ ਨੂੰ ਮੈਂ ਕਹਿੰਦਾ ਕਿ ਕੱਲ੍ਹ ਨੂੰ ਮੇਰੀ ਫਲਾਈਟ ਹੈ, ਮੈਂ ਜਾ ਰਿਹਾ, ਹਾਂ ਦੱਸ
ਜਿਹੜਾ ਇਹ ਕੋਈ ਡੁੱਲ ਜਾਂਦਾ ਨਾ ਇਹ ਮਜਬੂਰੀਆਂ ਨੇ ਇੱਥੇ ਕੰਮ ਹੈ ਕਾਰੋਬਾਰ ਹੈ ਖੁਦਾ ਦੀ ਕਿਸੇ ਮੇਰਾ ਬੜਾ ਦਿਲ ਕਰਦਾ ਮੈਨੂੰ ਐਰਗੀ ਜਿਹੜਾ ਮੈਂ ਜਾ ਰਿਹਾ ਨਾ ਮੈਂ ਆਪਣੇ ਕਾਰੋਬਾਰ ਦੇ ਵੀ ਸਿਲਸਿਲੇ ਵਿੱਚ ਮੈਂ ਕਿਹਾ ਕਾਰੋਬਾਰ ਹੀ ਕਰਦਾ ਮੈਂ ਕਹਿੰਦਾ ਮੈਂ ਮੇਰੇ ਕੋਲ ਐਸਾ ਸਿਸਟਮ ਲੱਗ ਜਾਵੇ ਕਿ ਮੈਂ ਹਰ ਜੁਮਾ ਉੱਥੇ ਪੜ੍ਹਾਂ ਜਾ ਕੇ ਨਾਲੇ ਆਪਣੇ ਕਾਰੋਬਾਰ ਤੋਂ ਫੇਰਾ ਮਾਰ ਗਿਆ ਸਾਰੀ ਦੁਨੀਆਂ ਦੇ ਆਉਂਦੀ ਮੈਨੂੰ ਫੋਨ ਕੀਤਾ ਪੂਰਨ ਸਾਹਿਬ ਹੋਣਾ ਕਿ ਜੇ ਸਾਹਿਬ ਮੈਂ ਪਾਸਪੋਰਟ ਬਣਾਉਣਾ ਮੈਂ ਕਿਸਰਾ ਬਣਾਉਣਾ ਮੈਂ ਉਹਨਾਂ ਨੂੰ ਦੱਸਿਆ ਆਪਣੇ ਇਸਰੇ ਦਾ ਕੋਈ ਬਣਾਓਗੇ ਮੈਂ ਉਹਦਾ ਅਰਜੈਂਟ ਪਾਸਪੋਰਟ ਬਣਾ ਲਿਆ ਔਰ ਜਿਸ ਤਰ੍ਹਾਂ ਹੀ ਪਾਸਪੋਰਟ ਇਹਨਾਂ ਬਣਾਇਆ ਮੈਨੂੰ ਪਾਸਪੋਰਟ ਸੈਂਡ ਕੀਤੇ ਔਰ ਦੂਸਰਾ ਇਹਨਾਂ ਨਾਲ ਸਾਰਿਆਂ ਭੇਜੋ ਬਾਹਰ ਅੱਜ ਤੇ ਟਾਈਮ ਤੋਂ ਪਹਿਲਾਂ ਹੀ ਇੰਨਾ ਰਸ਼ ਹੋ ਗਿਆ ਮਾਸ਼ਾਅੱਲਾ ਰਸ਼ ਬਹੁਤ ਹੋ ਜਾਣਾ ਫਿਰ ਕੰਮ ਖਰਾਬ ਹੋ ਜਾਣਾ ਲਿਆਓ ਫਿਰ ਆਓ ਜੀ ਆਓ ਕਰਾ ਦਈਏ ਸ਼ੁਰੂ ਸਦਰਾ ਨੂੰ ਗੋਲੀ ਮਾਰੋ ਹਾਂ ਦੇਖੋ ਜਿਹਨਾਂ ਦਾ ਸਕੂਲ ਹੈ ਬੋਲੀ ਚ ਵੀ ਅਸੀਂ ਇਹੀ ਕੰਮ ਹੈ ਜਿਹਨੇ ਪਹਿਲੇ ਲੈ ਲਈ ਹੁੰਦੀ ਹੈ ਬਾਅਦ ਵਾਲਾ ਜਿਹੜਾ ਉਹਨੂੰ ਛੱਡੋ ਆ ਜਿਹੜਾ ਉੱਤੇ ਚੜੀ ਮਾਰਨੀ ਉਹਨੂੰ ਤੇ ਅਸੀਂ ਬੜੇ ਖਿਲਾਫ਼ ਆ ਬੜੀਆਂ ਆ ਜਾਣੀਆਂ ਕਰ ਲਓ ਕਰ ਲਓ ਸਿੱਧੀਆਂ ਕਰ ਲਓ ਇੱਧਰ ਮੂੰਹ ਕਰਾਉਣੇ ਨੇ ਖਲਾਰੀ ਖਲੂਰੀ ਦੇ ਕੇ ਇਹਦਾ ਮੂੰਹ ਇੱਧਰ ਨੂੰ ਕਿਤੋਂ ਇੱਧਰ ਨੂੰ ਮੈਂ ਸੁਬਾਹ ਦਾ ਕਹਿਣ ਡਿਆ ਸ਼ਬਾਕ ਦਾ ਮੰਨਦਾ ਹੀ ਨਹੀਂ ਇਹਦੀ ਵਾਇਲ ਨਹੀਂ ਜਾਂਦਾ ਮੈਂ ਕਿਹਾ ਇਹਨੂੰ ਮੂੰਹ ਕਰਕੇ ਲਾਓ ਇੱਥੇ ਖੜ ਕੇ ਬੋਲੀ ਹੋਏਗੀ ਮੂੰਹ ਇੱਧਰ ਨੂੰ ਕਰਾਓ ਹਾਂ ਤੇ ਉਧਰ ਨੂੰ ਨਿਕਲ ਕੇ ਜਾ ਕੇ ਅੱਗੇ ਫੇਰ ਲੱਗੀ ਜਾਊਗੀ ਇਹਨੂੰ ਮੂੰਹ ਇੱਧਰ ਨੂੰ ਕਰਾਓ ਇਹਨੂੰ ਮੂੰਹ ਕਰਾਓ ਗੱਡੀ ਦਾ ਮੂੰਹ ਉੱਪਰ ਇਹਨੂੰ ਅਸੀਂ ਤੀ ਇਹੀ ਕਰਵਾਉਂਦੇ ਆ ਹੁਣ ਪਹਿਲੇ ਆਉਂਦੀਆਂ ਗੱਡੀਆਂ ਲਵਾਈ ਜਾਓ ਮੈਂ ਇਹਨਾਂ ਨੂੰ ਕਹਿੰਦਾ ਆਪਣੀਆਂ ਗੱਡੀਆਂ ਫਰੰਟ ਤੇ ਲਾ ਲਈਓ ਲੋਕ ਪਿੱਛੇ ਲਾਈ ਜਾਊਗੇ ਰਾਮ ਨਾਲ ਮੁੜ ਕੇ ਇੱਧਰ ਨੂੰ ਨਿਕਲੀ ਜਾਊਗੀ ਇਹ ਬੋਲੀ ਕਰਾ ਕੇ ਮੈਂ ਰਾਤੀ ਐਸ ਨੂੰ ਕਹਿ ਕੇ ਗਿਆ ਵਾਂ ਸਮਝਾ ਕੇ ਗਿਆ ਇਹ ਸੁਣਦੇ ਨੇ ਇਧਰੋਂ ਕੱਢ ਛੱਡਦੇ ਨੇ ਇਹ ਉਹੀ ਤਾਂ ਰੋਲਾ ਇਹ ਤਾਂ ਕੋਈ ਮੰਨਦਾ ਸੁਣਦਾ ਨਹੀਂ ਕਿਹਦੀ ਗੱਲ ਇਹ ਦੇਖੋ ਹੁਣ ਇਹ ਤਾਂ ਸਾਰੀ ਚੌਧਰੀ ਨੇ ਗੱਡੀਆਂ ਸਾਰੀਆਂ ਪਿੱਛੋਂ ਲੱਗੀਆਂ ਨੇ ਜਿਹੜੀਆਂ ਰਾਤੀਆਂ ਲੱਗੀਆਂ ਸੋਵੇ ਹੁਣ ਕਿੱਥੇ ਇਹਨਾਂ ਨੂੰ ਮੈਂ ਅਸਲ ਐਸ ਨੂੰ ਰਾਤੀ ਉਹ ਦੇਖੋ ਸਾਰੀਆਂ ਦਾ ਮੂੰਹ ਇੱਧਰ ਹੋਈਆਂ ਪਿੱਛੇ ਉਹ ਇੱਧਰ ਵਾਲੀ ਲੈਣ ਵੀ ਆਣੀ ਪਰ ਜਿਹੜੀਆਂ ਚਾਰ ਲੱਗੀਆਂ ਕੱਲ ਚਾਰ ਲੱਗੀਆਂ ਕਹਿੰਦੇ ਲੈਣਾ ਟੋਰਨੀਆਂ ਸੀ ਅੱਗੇ ਲੈਣਾ ਟੁਰੀ ਜਾਊਗੀ ਇੱਥੇ ਬੰਦ ਬੋਲੀ ਕਰਾਵਾਂਗੇ ਫਿਰ ਆਪਣੀਆਂ ਗੱਡੀਆਂ ਆ ਕੱਢੋ ਪਾਣ ਗੱਡੀ ਕਿਹਦੀ ਆ ਇਹ ਮੂੰਹ ਸਿੱਧਾ ਕਰ ਦਿੰਦਾ ਇੱਧਰ ਨੂੰ ਕਰੋ ਜੀ ਇਹਨੂੰ ਅਸਾ ਜੀ ਵੈਗਨਾ ਰੋ ਨੂੰ ਘੁਮਾ ਕੇ ਲਾਓ ਉਹ ਪਹਿਲਾਂ ਘੁਮਾ ਕੇ ਉਹ ਨੂੰ ਮੂੰਹ ਕਰਕੇ ਲਾ ਦੇ ਇਹਨਾਂ ਨਹੀਂ ਵੇਚਣੀ ਇਹਨਾਂ ਨਹੀਂ ਵੇਚਣੀ ਚਲੋ ਬੈਕ ਕਰੋ ਖੋਲੋ ਬੈਕ ਕਰਕੇ ਲਾ ਦੇ ਇਹ ਮੇਰਾ ਵੀ ਦੇਖੋ ਇਹ ਆਦੇ ਨੇ ਕ੍ਰੈਸ਼ ਜੋ ਹੋਰ ਬੰਦੇ ਹੁੰਦੇ ਨੇ ਪੱਤਾ ਲਾ ਦੇ ਕਰੀ ਦੇਰ ਨਹੀਂ ਕੁਛ ਵੀ ਨਹੀਂ ਕਹਿ
ਅੱਗੇ ਲਵਾਉਣੀ ਜੇ ਪਿੱਛੇ ਅੱਗੇ ਲਾ ਦੇ ਅੱਗੇ ਵਾਲੀ ਜਗ੍ਹਾ ਤੇ ਨਾ ਇੰਨੀ ਕੁ ਟੱਚਿੰਗ ਆ ਸੀ ਗੇਟ, ਮੈਂ ਕਿਹਾ ਲੈ ਹੁਣ ਦਸ ਛੱਡ 5 ਲੱਖ ਤਾਂ ਛੱਡਿਆ ਨੀ, ਉਹ ਵਿੱਚ ਹੀ ਖਲੋਤਾ ਹੁਣ ਉਹਨਾਂ ਦਾ ਨਾਲ ਹੀ ਜਾਣਾ ਕਹਾਣੀਆਂ ਹੀ ਨੇ ਮਹਿੰਗੀ ਲੱਗਣ ਦੀ 14 ਸਿਟੀ ਟੋਟਲ ਜਰਮਨ ਹਾਂਜੀ ਸੋਸ਼ਲ ਮੀਡੀਆ ਦੀ 70 ਬੰਦਿਆਂ ਦੀ ਮੈਂ ਟੀਮ ਰੱਖੀ ਹੈ, ਜਿਹੜੇ ਇਹ ਵੀਡੀਓ ਲਾਉਂਦੇ ਨੇ ਤਾਂ ਤੁਸੀਂ ਆਉਂਦੇ ਹੋ, ਇਹ ਐਵੇਂ ਨੀ ਹੈ ਇੱਕ ਦੋ ਬੰਦੇ ਵੀਡੀਓ ਲਾਉਣ ਨਾਲ ਹੀ ਆਉਂਦੇ, 70 ਬੰਦੇ ਰੱਖੇ ਨੇ, ਰੁਪਈਏ ਦੇਣਾ ਉਹਨਾਂ ਨੂੰ ਛੱਬੀ ਲੱਖ 2014 ਮਾਡਲ ਸਿਟੀ ਸਪਾਰ ਹਾਂਜੀ ਟੋਟਲ ਜਰਮਨ 26 ਲੱਖ ਰੁਪਇਆ ਪਹਿਲੀਆਂ ਗੱਡੀਆਂ ਦਾ ਤੁਸੀਂ ਬਾਂਦਰ ਕਿੰਨਾ ਹੁੰਦਾ 5-7-10 ਗੱਡੀਆਂ ਜਿਹੜੀਆਂ ਹੋਣੀਆਂ ਉਹਨਾਂ ਤੁਹਾਨੂੰ ਇੰਜ ਲੱਗਣਾ ਤੇ ਕੋਈ ਨਹੀਂ ਵਿਕਣੀ ਜਾਂ ਇੱਕ ਗੱਡੀ ਵਿਕਣੀ ਹੈ ਨਾ ਫਿਰ ਕੰਮ ਸ਼ੁਰੂ ਇਹ ਬੇ ਮੇਰਾ ਵੀ ਫਿਰ ਲੈਣਾ ਹੀ ਲੱਗੀਆਂ ਜਾਣੀਆਂ ਫਿਰ 2-3 ਗੱਲਾਂ ਹੀ ਹੁੰਦੀਆਂ ਵਿਕਣੀਆਂ 26 ਉੱਤੇ ਸਮਝ ਆਉਂਦੀ ਕਿਦਾਂ ਆ ਜਾਓ ਫਿਰ 26 ਲੱਖ ਰੁਪਇਆ ਲਾ ਦੇ 26 ਲੱਖ ਜੀ ਭਾਈ ਜਾਨ 26 ਲੱਖ ਇੱਕ ਕੀ ਕਰਨਾ ਜੇ ਦੋ ਵੀ ਜ਼ਿਕਰ ਚੱਲ ਰਿਹਾ ਤਾਂ ਤੁਹਾਨੂੰ ਸਹੀ ਲੱਗਦਾ ਹੋਰ ਮਾਰਨਾ ਹੀ ਸਾਨੂੰ 26 ਲੱਖ
ਕੁਛ ਨਹੀਂ ਹੁੰਦਾ ਇਹਦੇ ਕਿਹੜਾ ਵੀਡੀਓ ਬਣਾਉਣ ਡਰਿਆ ਕਿਹੜਾ ਕੋਈ ਇੱਥੇ ਕਰਪਸ਼ਨ ਹੋ ਰਹੀ ਹੈ ਜਿਹਨੂੰ ਤੁਸੀਂ ਫੜਨ ਆ ਗਏ ਕਿਆ ਹੋ ਗਿਆ ਕਿਹੜੀ ਕੋਈ ਫਿਰ ਦੋ ਨੰਬਰ ਹੀ ਹੋ ਰਹੀ ਇੱਥੇ ਮਿਹਨਤ ਦੇ ਰਿਸ਼ਤੇ ਹਲਾਲ ਆਪਣੀ ਮਿਹਨਤ ਕਰੋ ਆਪਣੇ ਪੈਸੇ ਕਮਾਓ ਇੱਥੇ ਜਿਹੜਾ ਗੱਲਾਂ ਮਾਫ ਕਰੇ ਸਾਰੀ ਦੁਨੀਆਂ ਨੂੰ ਪਤਾ ਅਸੀਂ ਗੁਜਰਾਂ ਵਾਲੇ ਤਾਂ ਇੱਥੇ ਆ ਗਏ ਬਾਹੂ ਮੋਟਰ ਇਹ ਵੀ ਆਪਣਾ ਉਹ ਵੀ ਫੇਕ ਬੋਲੀਆਂ ਲੱਗ ਕਿਹੜੀ ਇੱਥੇ ਫੇਕ ਬੋਲੀ ਲੱਗਣ ਡਈ ਹੈ ਜੀ ਉੱਥੇ ਸ਼ਾਇਦ ਕੋਈ ਰਹਿ ਗਈ ਉੱਥੇ ਫੇਕ ਬੋਲੀਆਂ ਜੀ ਲੱਗਦੀਆਂ ਤਾਂ ਇੱਥੇ ਦੁਨੀਆ ਆਉਂਦੀ ਹੈ ਦੇਖੋ ਨਾ ਇੱਥੇ ਕਿਹੜੀ ਕੰਮ ਫੇਕ ਆ ਗੱਡੀ ਮੈਨੂੰ ਕਿਹਨੂੰ ਦੱਸਦੇ ਤਾਂ ਡਰ ਲੋ ਇੱਕੀ ਬਟਾ ਬਾਈ ਮੈਨੂੰ ਲਿਆ ਕੇ ਤੂੰ ਮਾਰੇ ਤੁਸੀਂ 20 ਸਾਲ ਦੇ ਨਹੀਂ ਨਹੀਂ ਇਹਨਾਂ ਦੀ ਗੱਡੀ ਕੱਲਾ ਮਾਰਦਾ ਬਿਲਕੁਲ ਨਾਲ ਹਾਓ ਇਧਰ ਆ ਗੱਡੀ ਮੈਂ ਹਾਲਟਾ ਰੱਖੀ ਆ ਆ ਪੀ ਮੂਨ ਜੀ ਕੀ ਉਹਦਾ ਨਾਮ ਮੋਕੋ 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 16 ਲੱਖ ਰੁਪਏ ਦੀ ਮੈਨੂੰ ਕੋਈ ਲਿਆ ਕੇ ਵਿਖਾਵੇ ਉੱਥੋਂ ਇਹ ਗੱਡੀ ਵੀ ਅੱਛੀ ਹੈ 2.5 ਲੱਖ ਦੀ ਗੱਡੀ ਹੈ 2.5 ਲੱਖ ਦੀ ਗੱਡੀ ਹੈ ਇਹ ਡੋਗਾ ਦਾ ਮਾਟਾ ਨਹੀਂ ਕਿਸੇ ਨੂੰ 2 ਲੱਖ ਗੱਡੀ ਸੱਸੀ ਵਾਲਾ ਨਾਲ ਮੇਲ ਬਣ ਲੱਗਦੀ ਹੈ ਸਾਨੂੰ ਪਸੰਦ ਤੋਹਫਾ ਹੀ ਤੋਹਫਾ ਤੋਹਫਾ ਮਾਡਲ ਕਿਹੜਾ ਚਲੋ